हाँ जी दोबारा थोड़े नाल जुड़ते हैं। गल आप कर रहे सी बाबरी मस्जिद के फैसले की। फैसला एडा हैरानीजनक भी बाबरी मस्जिद ढाई की ने यह नहीं पता। ढाई ही जरूर आ पर ढाई की ने यह नहीं पता किने ढाती। हवा ने ढाती कोई नेरी आ गई होनी है। सो इन गलों देख के असी मोदी जी ने भी सवाल करते हैं भी हे ज्ञानेश्वर हे मोदी ये रामराज ये न्यायपालिका ये सब कुछ दे रहे हो सानू असी लड़ांगे असी अड़ांगे असी खड़ांगे आपकी आवाज़ दिल्ली तीन लैके जावांगे। गल आई हाँ भी जे हुण इत्थे रुक गए मित्रों जे सिर्फ एम एस पियां लैण तक रह गए फिर होर काले कानून आउणगे साडी धरती साडियां जमीनां साडा सब कुछ लै जाणगे। सो आर पार की लड़ाई आ 4 तरीक शंभू बार्डर आ जाओ भाई आ जाओ इधर आ जाओ। सो 10 बजे सवेरे सद्दा दिने पक्का मोर्चा गड्डांगे। मोर्चे का नाँ की आ तुसीं सुजैसट करो नंबर तुसीं भेजो जेड़े जेड़े आपदियां जमीरां आ जा भाई की नाम थोड़ा गुरदीप आ जा हुण आए आ ਤੁਸੀਂ ਦੱਸੋ ਵੀ ਪੱਕਾ ਮੋਰਚਾ ਕੱਢਣਾ ਚਾਹੀਦਾ ਕਿ ਨਹੀਂ ਜਿੱਦਾਂ ਆਪਾਂ 25 ਤਰੀਕ ਨੂੰ ਗੱਡਿਆ ਸੀਗਾ ਉਵੇਂ ਹੀ ਕੱਢਾਂਗੇ ਪੱਕਾ ਦੁੱਗਣਾ ਕੱਢਾਂਗੇ ਹਾਂ ਦੁੱਗਣਾ ਬਾਈ ਜੀ ਸਾਡੀ ਧਰਤੀ ਸਾਡੇ ਖੇਤ ਸਾਡੇ ਮਜ਼ਦੂਰ ਸਾਡੀਆਂ ਫਸਲਾਂ ਇਹ ਕਿਵੇਂ ਲੈ ਜਾਣਗੇ ਅੱਜ ਹਰਿਆਣਾ ਹੁੰਦਾ ਅੱਜ ਬਾਈ ਜੀ ਤੁਸੀਂ ਵੀ ਆਓ ਯਾਰ ਬਾਈ ਆ ਜਾਓ ਤੁਸੀਂ ਵੀ ਆਓ ਤੁਸੀਂ ਵੀ ਆਓ ਆ ਜਾਓ ਲੈ ਨੌਜਵਾਨੋ ਜਿਹੜੀ ਨੌਜਵਾਨੀ ਇਹ ਕਹਿੰਦੇ ਸੀ ਅਸੀਂ ਲਾਤੀ ਨਸ਼ਿਆਂ 'ਤੇ ਉਹ ਦਿੱਲੀ 4 ਤਰੀਕ ਨੂੰ ਹੈਰਾਨ ਹੋ ਗਈ ਵੀ ਇਹ ਆ ਕਿੱਥੋਂ ਗਏ। ਸੋ 4 ਤਰੀਕ ਨੂੰ ਬਾਈ ਪੱਕਾ ਮੋਰਚਾ ਠੀਕ ਆ ਸੱਦਾ ਦੇ ਦਿਓ ਮੋਰਚੇ ਦਾ ਨਾਂ ਕੀ ਆ ਸੁਜੈਸਟ ਕਰ ਦਿਓ ਆਪਦੇ ਆਪਦੇ ਨੰਬਰ ਭੇਜ ਦਿਓ। ਜਿਹੜਾ ਧੱਕਾ ਇਹ ਸਰਕਾਰਾਂ ਕਰ ਰਹੀਆਂ ਜੋ ਕੁਛ ਯੂਪੀ 'ਚ ਹੋਇਆ ਉਹ ਸਾਡੀ ਧੀ ਸੀ ਠੀਕ ਆ। ਜਿਹੜਾ ਕੁਛ ਕੱਲ੍ਹ ਬਾਬਰੀ ਮਸਜਿਦ ਦਾ ਫੈਸਲਾ ਆਇਆ ਫੈਸਲਾ ਇਹ ਆ ਵੀ ਬਾਬਰੀ ਮਸਜਿਦ ਢਹੀ ਜ਼ਰੂਰ ਆ ਪਰ ਢਾਈ ਨਹੀਂ ਗਈ ਯਾਰ ਐਡੂ ਵੱਡਾ ਧੱਕਾ ਇਹ ਕਿਹੜੀ ਨਿਆਂਪਾਲਿਕਾ ਦੀ ਗੱਲ ਕਰਦੇ ਹਾਂ ਅਸੀਂ। ਸੋ ਲੋਕ ਜੁੜ ਗਏ ਆ ਲੋਕਾਂ ਦੇ ਅੰਦਰ ਜਿਹੜਾ ਮਨਾਂ ਦਾ ਗੁੱਸਾ ਸੀ ਚਾਹੇ ਉਹ ਕਿਸੇ ਗੁਰੂ ਗ੍ਰੰਥ ਸਾਹਿਬ ਦੇ ਸਰੂਪਾਂ ਨੂੰ ਲੈ ਕੇ ਹੋਵੇ ਬੇਅਦਬੀ ਨੂੰ ਲੈ ਕੇ ਹੋਵੇ ਚਾਹੇ ਸਾਡੇ ਜਿਹੜਾ ਯੂਥ ਇਹਨਾਂ ਨੇ ਨਸ਼ਿਆਂ 'ਤੇ ਲਾਤਾ ਇਹਨਾਂ ਨੇ ਹੋਰ ਹੀ ਪਾਸੇ ਧੱਕਣ ਲਾਤਾ ਚਾਹੇ ਬੇਰੁਜ਼ਗਾਰੀ ਨੂੰ ਲੈ ਕੇ ਹੋਵੇ ਸਾਡੇ ਪਿੰਡਾਂ ਦੇ ਮਸਲੇ ਹੋਣ ਮਜ਼ਦੂਰਾਂ ਦੇ ਮਸਲੇ ਹੋਣ ਹਰ ਵਾਰ ਇਹਨਾਂ ਨੇ ਤੀਰ ਮਾਰਿਆ ਹਾਂਜੀ ਸਰਕਾਰਾਂ ਨੇ ਹਾਂਜੀ ਜਿੱਥੇ ਵੀ ਲੱਗਿਆ ਇਹਨਾਂ ਨੇ ਤੀਰ ਮਾਰਿਆ ਜਿੱਥੇ ਵੀ ਭਾਵੇਂ ਨੌਜਵਾਨ 'ਤੇ ਲੱਗਿਆ ਯੂਥ 'ਤੇ ਲੱਗਿਆ ਭਾਵੇਂ ਸਾਡੇ ਧਾਰਮਿਕ ਸਥਾਨਾਂ 'ਤੇ ਲੱਗਿਆ ਜਿੱਥੇ ਵੀ ਹੋ ਗਿਆ ਇਹਨਾਂ ਨੇ ਤੀਰ ਮਾਰਿਆ। ਪਰ ਸਾਡੇ ਜਬੇ ਬਾਣ ਲੱਗ ਗਏ ਤਵੇ ਰੋਸ ਜਾਗੇ ਵਾਲੇ ਬੰਦੇ ਆ ਸਾਨੂੰ ਕਿੱਥੋਂ ਚੱਕ ਕੇ ਲੈ ਜਾਣਗੇ ਇਹ। ਸੋ ਖੁੱਲ੍ਹਾ ਸੱਦਾ ਹਰ ਵਰਗ ਨੂੰ ਹਰ ਔਰਗਨਾਈਜੇਸ਼ਨ ਨੂੰ ਹਰਿਆਣੇ ਵਾਲਿਆਂ ਨੂੰ ਵੀ ਸਾਡੇ ਭਰਾਵਾਂ ਨੂੰ ਵੀ ਆਓ ਦਿੱਲੀ ਨੂੰ ਸਿੱਧਾ ਮੱਥਾ ਲਾਈਏ ਸ਼ੰਭੂ ਬਾਰਡਰ ਤੋਂ 4 ਤਰੀਕ ਨੂੰ ਸਵੇਰੇ 10 ਵਜੇ ਪੱਕਾ ਮੋਰਚਾ ਕੱਢਾਂਗੇ। ਸੋ ਮੇਰੇ ਵੱਲੋਂ ਹਰ ਬੰਦੇ ਨੂੰ ਹਰ ਵਰਗ ਨੂੰ ਹਰ ਉਸ ਭਰਾ ਨੂੰ ਜਿਹਦੀ ਜ਼ਮੀਰ ਜਾਗਦੀ ਆ ਸਾਡੀਆਂ ਭੈਣਾਂ ਨੂੰ ਖੁੱਲ੍ਹਾ ਸੱਦਾ ਜੀ 4 ਤਰੀਕ ਨੂੰ ਪੱਕਾ ਮੋਰਚਾ ਕੱਢਾਂਗੇ ਸ਼ੰਭੂ ਬਾਰਡਰ ਸਵੇਰੇ 10 ਵਜੇ। ਮੇਰੇ ਵੱਲੋਂ ਬਹੁਤ ਸਾਰਾ ਪਿਆਰ ਅਤੇ ਸਤਿਕਾਰ ਜਿਵੇਂ ਬਾਈ ਨੇ ਕਿਹਾ ਇਹਨਾਂ ਨੇ ਬਥੇਰੇ ਤੀਰ ਮਾਰੇ ਬਹੁਤ ਸੀਨਾ ਸਾਡਾ ਛੱਲੀ ਕੀਤਾ ਪਰ ਜਵੇ ਬਾਣ ਲੱਗ ਗਏ ਤਵੇ ਰੋਸ ਜਾਗੇ ਸਾਡੇ 'ਚੋਂ ਤੁਸੀਂ ਚਿਣਗ ਕਿੱਥੋਂ ਲੈ ਜਾਓਗੇ ਕਿੱਥੋਂ ਕੱਢ ਲਓਗੇ। ਸਾਡੇ ਨਾਲ ਪੰਜਾਬ ਦਾ ਹਰ ਵਰਗ ਹਰ ਵਿਅਕਤੀ ਹਰ ਬੰਦਾ ਸਾਡੀਆਂ ਭੈਣਾਂ ਹਰ ਇੰਟਲੈਕਚੁਅਲ ਐਜੂਕੇਸ਼ਨਿਸਟ ਟੀਚਰ ਪ੍ਰੋਫੈਸਰਸ ਸਾਡੇ ਨਾਲ ਡਾਕਟਰਸ ਮੈਡੀਕਲ ਸਾਇੰਸ ਦੇ ਨਾਲ ਰਿਲੇਟਡ ਆ ਜਿਹੜਾ ਹਰ ਬੰਦਾ ਖੜਾ ਕਿਸਾਨ ਯੂਨੀਅਨ ਆ ਸਾਡੇ ਨਾਲ ਖੜੀਆਂ। ਸੋ 4 ਤਰੀਕ ਨੂੰ 10 ਵਜੇ ਮੋਰਚੇ ਦਾ ਨਾਂ ਕੀ ਹੋਊਗਾ ਇਹ ਤੁਸੀਂ ਦੱਸਣਾ ਅਤੇ ਆਪਦਾ ਨੰਬਰ ਭੇਜੋ ਜਿਹੜੇ ਜਿਹੜੇ ਬਾਈ ਸਾਡੇ ਨਾਲ ਆ ਕੇ ਉੱਥੇ ਸਾਡੇ ਨਾਲ ਖੜਨਗੇ ਦਿੱਲੀ ਨੂੰ ਵੰਗਾਰਨਗੇ ਪੱਕਾ ਮੋਰਚਾ ਜਦੋਂ ਤੱਕ ਅਸੀਂ ਕਿਸੇ ਗੱਲ 'ਤੇ ਨਹੀਂ ਆਉਂਦੇ। ਗੱਲ ਇਕੱਲੀ ਐੱਮ ਐੱਸ ਪੀ ਦੀ ਨਹੀਂ ਆ ਗੱਲ ਇਕੱਲੀ ਐੱਮ ਐੱਸ ਪੀ ਇਹ ਤਾਂ ਗਾਜਰਾਂ ਦੇ ਦਿੰਦੇ ਆ ਸਾਨੂੰ ਮੁੜ ਕੇ ਫਿਰ ਕੋਈ ਕਾਲਾ ਕਾਨੂੰਨ ਲੈ ਆਉਂਦੇ ਆ। ਗੱਲ ਇਕੱਲੀ ਇੱਥੇ ਐੱਮ ਐੱਸ ਪੀ ਦੀ ਨਹੀਂ ਰਹਿ ਗਈ ਆਹ ਬਾਈ ਖੇਤਾਂ 'ਚ ਕੰਮ ਕਰਦੇ ਆ ਕਿਸਾਨ ਭਰਾ ਸਾਡੇ ਬੈਠੇ ਆ ਇਹਨਾਂ ਤੋਂ ਪੁੱਛ ਲਓ ਕੋਈ ਸਰਕਾਰ ਫਸਲ ਨਹੀਂ ਖਰੀਦ ਰਹੀ ਕੋਈ ਸਰਕਾਰ ਕਿਸੇ ਮੰਡੀ 'ਚ ਝੋਨਾ ਕਿਸਾਨ ਸੜਕਾਂ 'ਤੇ ਲੈ ਕੇ
कदे एक मंडी ते कदे दूजे मंडी ते फिरते आ, कोई फसल नहीं खरीदी जा रही। इधर पिछे आ जाओ तुसीं। सो असी नहीं हुण हटदे, असी लड़ांगे, असी अड़ांगे, असी खड़ांगे, ते ना असी आकदे आ ना थकदे आ। एक गल भी इन्हां नूं कह दो, तुसीं कह दो मेरे वाली गल, जिथे तक लग्या जोर लावांगे, जिथे तक जाना पिया जावांगे, भावें जो मर्जी करना पावे, दिन रात भावें साल लड़ाई पर लड़नी पवे, भावें दो साल लड़ाई लड़नी पवे। क्या बात है, ਇਹ ਆ ਜਜ਼ਬਾ, ਆਪਾਂ ਲੜਾਂਗੇ ਜ਼ਰੂਰ। ਇਸ ਤੱਕ ਜਾਇਆ ਗਿਆ ਅੱਜ ਤੱਕ, ਜਿੰਨੇ ਵੀ ਜੰਗਾਂ ਲੜੀਆਂ ਸਾਡੇ ਗੁਰੂਆਂ ਨੇ ਲੜੀਆਂ, ਸਾਰੀਆਂ ਫਤਿਹ ਹੋਈਆਂ। ਜਿੰਨੇ ਵੀ ਮੋਰਚੇ ਅਸੀਂ ਫਤਿਹ ਕੀਤੇ ਸਾਰੇ, ਇਹ ਮੋਰਚਾ ਵੀ ਅਸੀਂ ਫਤਿਹ ਕਰਾਂਗੇ। ਕੀ ਬਾਤ ਆ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੇ ਇੱਕ ਹੋਰ ਅਪੀਲ ਆ ਵੀ ਸਾਡੇ ਹਿੰਦੂ ਭਰਾਵਾਂ ਨੂੰ, ਸਾਡੇ ਦਲਿਤ ਭਰਾਵਾਂ ਨੂੰ, ਸਾਡੇ ਹਰ ਵਰਗ ਨੂੰ, ਉਹ ਸਾਡੇ ਹੀ ਆ, ਅਸੀਂ ਇਹ ਦਰਜਾ ਬਦਰਜੀ ਵੀ ਖਤਮ ਕਰਨੀ ਆ। ਉਹ ਚਲੋ ਬਾਅਦ ਦੀ ਗੱਲ ਆ, ਪਹਿਲਾਂ ਕਿਸਾਨੀ ਦਾ ਤੇ ਮਜ਼ਦੂਰਾਂ ਦੀ ਜਿਹੜੀ ਗੱਲ ਆ ਉਹਦਾ ਹੱਕ ਲੈ ਕੇ ਰਹਾਂਗੇ। ਪੱਕਾ ਮੋਰਚਾ 4 ਤਰੀਕ ਨੂੰ ਸ਼ੰਭੂ ਬਾਰਡਰ ਤੇ। ਠੀਕ ਆ ਜੀ, ਸਤਿ ਸ਼੍ਰੀ ਅਕਾਲ, ਬਹੁਤ ਸਾਰਾ ਪਿਆਰ ਤੇ ਸਤਿਕਾਰ।